ਸਿੰਘ ਸਾਹਿਬ ਪੰਜਾਬ ਆਏ ਹੋ, ਸੰਗਰੂਰ ਦੇ ਵਿੱਚ ਪ੍ਰਚਾਰ ਸਿਰ ਤੇ ਦਸਤਾਰ। ਮੈਂ ਸਭ ਤੋਂ ਪਹਿਲੇ ਤੋਂ ਪੰਜਾਬ ਦੇ ਲੋਕਾਂ ਨੂੰ ਸਤਿ ਸ੍ਰੀ ਅਕਾਲ ਕਹਿੰਦਾ ਔਰ ਦੇਸ਼ ਕੀ ਬੜੀ ਪੰਚਾਇਤ ਕੇ ਇਲੈਕਸ਼ਨ ਚੱਲ ਰਹੇ ਹਨ, ਅਰਵਿੰਦ ਖੰਨਾ ਜੀ ਯਹਾਂ ਸੇ ਕਮਲ ਕਾ ਫੂਲ ਲੈ ਕਰਕੇ ਆਏ ਹਨ। ਪਿਛਲੇ 10 ਵਰਸੋਂ ਮੇ ਦੇਸ਼ ਮੇ ਜੋ ਮੋਦੀ ਜੀ ਕੇ ਨੇਤ੍ਰਿਤਵ ਮੇ ਇੱਕ ਨਯਾ ਭਾਰਤ ਬਣਾ ਹੈ। ਮੈਂ ਪੰਜਾਬ ਕੇ ਲੋਕਾਂ ਨੂੰ ਅਪੀਲ ਕਰਦਾ ਕਿ ਪੰਜਾਬ ਦਾ ਅੱਗੇ ਵੱਧ ਸਕਦਾ ਨਰਿੰਦਰ ਮੋਦੀ ਜੀ ਕੇ ਨੇਤ੍ਰਿਤਵ ਮੇ ਵੱਧ ਸਕਦਾ, ਕਿਉਂਕਿ ਕਾਂਗਰਸ ਨੇ ਚਾਹੇ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਪਿੱਛੇ ਲੈ ਜਾਣ ਦਾ ਕੰਮ ਕੀਤਾ। ਲੋਕਾਂ ਦਾ ਵੋਟ ਤਾਂ ਲੈ ਲਿੱਤਾ ਪਰੰਤੂ ਵੋਟ ਲੈ ਕੇ ਉਹਨਾਂ ਦਾ ਸ਼ੋਸ਼ਣ ਕੀਤਾ। ਬੀਜੇਪੀ ਨੂੰ ਕਿਤੇ ਨਾ ਕਿਤੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ, ਇੱਥੇ ਵੀ ਤੁਸੀਂ ਦੇਖਿਆ ਕਈ ਜਗ੍ਹਾ ਤੇ ਕਿਸਾਨ ਆਉਂਦੇ ਨੇ, ਇਸ ਪ੍ਰਦਰਸ਼ਨ ਦੇ ਦੌਰਾਨ ਕਿਵੇਂ ਕੰਪੇਨ ਨੂੰ ਅੱਗੇ ਵਧਾਉਣਾ ਔਰ ਕਿਵੇਂ ਉਹਨਾਂ ਕਿਸਾਨਾਂ ਨੂੰ ਵੀ ਨਾਲ ਤੋਰਨਾ, ਇਹਨੂੰ ਲੈ ਕੇ ਕਿਤੇ ਨਾ ਕਿਤੇ ਚਿੰਤਾ ਹੁੰਦੀ ਹੈ ਕਿ ਕਿਸਾਨ ਵੀ ਅਗਰ ਤੁਹਾਡੇ ਨਾਲ ਸਹਿਮਤ ਹੁੰਦੇ। ਨਹੀਂ ਦੇਖੀਏ, ਮੈਂ ਕਿਸਾਨਾਂ ਨੂੰ ਪਿੱਛੇ ਵੀ ਅਗਰ ਮੇਰੀ ਆਪ ਲੋਕ ਬਾਈਟ ਦੇਖੇਗੇ ਤਾਂ ਮੈਂ ਬਾਈਟ ਕੇ ਉੱਪਰ ਵੀ ਕਿਸਾਨਾਂ ਨੂੰ ਇਹੀ ਅਪੀਲ ਕੀਤੀ ਹੈ ਵੀ ਅਗਰ ਕਿਸਾਨ ਦੀ ਹਾਲਤ ਖਰਾਬ ਹੋਈ ਹੈ ਤਾਂ ਉਸਦਾ ਜ਼ਿੰਮੇਵਾਰ ਕਾਂਗਰਸ ਪਾਰਟੀ ਹੈ। ਆਮ ਆਦਮੀ ਸੇ ਕੁਛ ਅਪੇਕਸ਼ਾਏ ਕਿਸਾਨੋਂ ਕੋ ਥੀ ਪਰ ਆਮ ਆਦਮੀ ਵੀ ਉਸੀ ਕੇ ਡਰੇ ਕੇ ਉੱਪਰ ਚਲੀ ਹੈ, ਜਿਸ ਪ੍ਰਕਾਰ ਸੇ ਕਿਸਾਨੋਂ ਕੋ ਸ਼ੋਸ਼ਣ ਕੀਆ ਹੈ, ਵੋਟ ਲਿਆ ਹੈ, ਵੋਟ ਲੈ ਕਰਕੇ ਉਨਕਾ ਸ਼ੋਸ਼ਣ ਕਰਨੇ ਕਾ ਕੰਮ ਕੀਆ। ਪਰ ਕਿਸਾਨਾਂ ਦੇ ਨਾਲ ਸਿਰਦੋ ਕਿਸਾਨਾਂ ਦੇ ਨਾਲ ਗੱਲਬਾਤ ਦਾ ਰਸਤਾ, ਕਿਉਂਕਿ ਇਲੈਕਸ਼ਨ ਤੋਂ ਬਾਅਦ ਹਮਾਰੀ ਸਰਕਾਰ ਲਗਾਤਾਰ ਬਾਤ ਕਰ ਰਹੀ ਹੈ ਕਿਸਾਨੋਂ ਕੇ ਸਾਥ, ਕਹੀਂ ਕਹੀਂ ਪ੍ਰਕਾਰ ਕੀ ਵਾਰਤਾਏ ਔਰ ਬੁਲਾ ਕਰਕੇ ਵੀ ਉਨਸੇ ਕੀਆ ਹੈ। ਅਰੇ ਪਰਿਵਾਰ ਕੇ ਅੰਦਰ ਹੈ, ਘਰ ਕੇ ਅੰਦਰ ਹੈ, ਆਜ ਕੁਛ ਕਾਮ ਆਜ ਪੂਰੇ ਹੋਗੇ, ਕੁਛ ਕੱਲ ਪੂਰੇ ਹੋਗੇ, ਪਰੰਤੂ ਕਾਂਗਰਸ 60 ਸਾਲ ਤੱਕ ਦੇਸ਼ ਕੋ ਉੱਪਰ ਸ਼ਾਸਨ ਕੀਆ। ਆਜ ਅਗਰ ਹਮ ਹਰਿਆਣਾ ਕੀ ਬਾਤ ਕਰੇ, ਹਰਿਆਣਾ ਕੇ ਅੰਦਰ ਹਮਨੇ ਕਿਸਾਨ ਕੀ 14 ਅਨਿਆ ਫਸਲੇ ਐਮਐਸਪੀ ਪਰ ਖਰੀਦੀ ਹੈ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕੇ ਮਾਧਿਅਮ ਸੇ 12,500 ਕਰੋੜ ਰੁਪਇਆ 9.5 ਵਰਸੋਂ ਕੇ ਅੰਦਰ ਕਿਸਾਨ ਕੇ ਖਾਤੇ ਮੇ ਪਹੁੰਚਾਇਆ। ਪ੍ਰਧਾਨ ਮੰਤਰੀ ਜੀ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ 6,000 ਰੁਪਏ ਦੇ ਰਹੇ ਹੈ, ਕਿਸਾਨੋਂ ਕੋ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਕੇ ਮਾਧਿਅਮ ਸੇ ਉਨਕੇ ਜ਼ਿਆਦਾ ਖੇਤਰਫਲ ਕੇ ਉੱਪਰ ਪਾਣੀ ਲਗੇ ਉਸਕੀ ਪੈਦਾਵਾਰ ਵੀ ਬੜੀ ਹੈ, ਉਸਕੋ ਵੀ ਐਮਐਸਪੀ ਪਰ ਲਗਾਤਾਰ। ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਕੇਂਦਰ ਪੰਜਾਬ ਦੀ ਸਰਕਾਰ ਤੋੜਨ ਦੀ ਧਮਕੀ ਦੇ ਰਿਹਾ ਹੈ ਕਿ 4 ਤਰੀਕ ਤੋਂ ਬਾਅਦ ਸਰਕਾਰ ਦੇ ਦੇਵਾਂਗੇ, ਔਰ ਭਗਵੰਤ ਮਾਨ ਕਹਿੰਦੇ ਨੇ ਕਿ ਕੇਂਦਰ ਪਹਿਲਾਂ ਆਪਣੀ ਬਚਾਵੇ। ਨਹੀਂ ਦੇਖੀਏ, ਇਹ ਬਰਗਲਾਣੇ ਕਾ ਕੰਮ ਕਰਤੇ ਹੈ, ਇਹ ਭਗਵੰਤ ਮਾਨ ਪੰਜਾਬ ਕੇ ਕਿਸਾਨੋਂ ਕੋ ਇਹ ਸ਼ਵੇਤ ਪੱਤਰ ਜਾਰੀ ਕਰਕੇ ਬਤਾਏ ਕਿ ਹਮਾਰੀ 2.5 ਵਰਸ ਕਾ ਸ਼ਾਸਨ ਹੁਆ, 2.5 ਵਰਸੋਂ ਮੈਂ ਹਮਨੇ ਕੌਣ ਸੇ ਕਦਮ ਕਿਸਾਨ ਕੀ ਮਜ਼ਬੂਤੀ ਮੇ ਉਠਾਏ ਹੈ, ਕਿਸਾਨੋਂ ਕੋ ਬੋਲੇ ਬੜੇ ਕਿਸਾਨੋਂ ਕੋ ਬਰਗਲਾ ਕਰਕੇ ਉਨਕੋ ਸੜਕੋਂ ਕੇ ਉੱਪਰ ਖੜਾ ਕਰਨਾ, ਇਹ ਕਾਂਗਰਸ ਨੇ ਕੀਆ ਹੈ, ਕਾਂਗਰਸ ਕੇ ਬਾਅਦ ਅਬ ਆਮ ਆਦਮੀ ਕਰ ਰਹੀ ਹੈ। ਜੋ ਵਿਅਕਤੀ ਇਹ ਬੋਲਤਾ ਥਾ, ਇਨਕਾ ਜੋ ਮੁਖੀਆ ਹੈ ਇਹ ਬੋਲਤਾ ਥਾ ਕਿ ਕਾਂਗਰਸ ਇਤਨੀ ਭ੍ਰਿਸ਼ਟਾਚਾਰੀ ਪਾਰਟੀ ਹੈ, ਮੈਂ ਬੱਚੋਂ ਕੀ ਕਸਮ ਖਾਤਾ ਹੂੰ, ਮੈਂ ਕਦੇ ਸਮਝੌਤਾ ਨਹੀਂ ਕਰੂੰਗਾ, ਕਾਂਗਰਸ ਇਤਨੀ ਭ੍ਰਿਸ਼ਟਾਚਾਰੀ ਪਾਰਟੀ ਹੈ, ਅਗਰ ਸੋਨੀਆ ਗਾਂਧੀ ਕੀ ਈਡੀ ਸੇ ਜਾਂਚ ਕਰਾਈ ਜਾਏ ਤੋ ਜੇਲ੍ਹ ਮੇ ਚਲੀ ਜਾਏਗੀ, ਅਗਰ ਮੇਰੇ ਉੱਪਰ ਆਰੋਪ ਲਗਤੇ ਹੈ ਤੋ ਮੈਂ ਤਿਆਗ ਪੱਤਰ ਦੇ ਕਰਕੇ ਉਸਕੀ ਜਾਂਚ ਕਰਾਉਂਗਾ, ਇਹ ਇਸਕੀ ਵੀਡੀਓ ਹੈ, ਕੇਜਰੀਵਾਲ ਕੀ ਵੀਡੀਓ ਹੈ, ਪਰੰਤੂ ਕਿਆ ਸਥਿਤੀ ਹੈ। ਔਰ ਜੋ ਇਹ ਬਾਤ ਬੋਲਤਾ ਥਾ ਕਿ ਮੈਂ ਮਕਾਨ ਨਹੀਂ ਲੂੰਗਾ, ਮੈਂ ਆਮ ਆਦਮੀ ਹੂੰ, 48 ਕਰੋੜ ਰੁਪਏ ਕਾ ਸੀਸ ਮਹਿਲ ਖੜਾ ਕਰ ਦੇਤਾ ਹੈ, ਇਹ ਲੋਕੋ ਕਾ ਵੋਟ ਲੇਤੇ ਹੈ, ਉਨਕਾ ਸ਼ੋਸ਼ਣ ਕਰਤੇ ਹੈ। ਆਜ ਪੰਜਾਬ ਕੇ ਲੋਕ ਵੀ ਸਮਝੇ ਹੈ, ਉਨਕੀ ਸਮਝ ਮੇ ਆ ਰਹਾ ਹੈ ਕਿ ਭਲਾ ਅਗਰ ਕਹੀਂ ਹੋ ਸਕਤਾ ਹੈ ਤੋ ਮੋਦੀ ਕੇ ਨੇਤ੍ਰਿਤਵ ਮੇ ਹੋ ਸਕਤਾ ਹੈ, ਮੋਦੀ ਜੀ ਹੈ ਜੋ ਪੰਜਾਬ ਕੋ ਵੀ ਆਗੇ ਬੜਾਨੇ ਕਾ ਕੰਮ ਕਰਤਾ ਹੈ। ਆਖਰੀ ਸਵਾਲ, ਪੰਜਾਬ ਦੇ ਸੀਐਮ ਵੀ ਕਹਿੰਦੇ ਨੇ ਕਿ ਮੋਦੀ ਸਾਹਿਬ ਦੀ ਕਹਿੰਦੇ ਬੋਡੀ ਲੈਂਗੁਏਜ ਚੇਂਜ ਹੋ ਗਈ, 400 ਪਾਰ ਦੀ ਗੱਲ ਕਰਦੇ ਸੀ, ਕਹਿੰਦੇ ਹੁਣ ਬੇੜਾ ਪਾਰ ਦੀ ਗੱਲ ਹੋਈ ਪਈ ਹੈ। ਦੇਖੀਏ, 400 ਪਾਰ ਹੀ ਦੇਸ਼ ਦੇ ਰਹਾ,
पंजाब में अपनी चिंता करे वो। आज पंजाब के लोग जाग गए हैं, इनके भ्रष्टाचार को देख लो, इनके यहाँ मंत्री जो कहते थे हम ईमानदार हैं भ्रष्टाचार में लिप्त हैं, जेल में पड़े हैं, इनका मुखिया सरगना वो जेल में पड़ा है, जो ईमानदारी की दुहाई देता था वो जेल में पड़ा है और जेल के अंदर ही से आया है निकल करके। ये लोगों के, गरीब लोगों के अरमानों को दबाने का काम करते हैं, ये उनका पैसा लूट करके दिल्ली में भेजने का काम करें। पहले कांग्रेस के नेता सोनिया गांधी का घर भरते थे, अब ये मान साहब ये केजरीवाल को पैसा पहुंचाता है। आप पंजाब के पैसे को, यहाँ के लोगों को, पैसे के मेहनत की कमाई को लूट करके ये दिल्ली में केजरीवाल को देने का काम कर रहा है। की हालात देखते हो, की रहने वाले नतीजे पंजाब भी, हरियाणा भी और दिल्ली भी? देखिए बहुत बड़े मार्जिन के अंदर, दिल्ली के अंदर 7 की 7 सीटें भारतीय जनता पार्टी के पास आ रही हैं और पंजाब के अंदर बहुत बड़े मैंडेट के साथ हरियाणा में 10 की 10 आ रही है। 11 कमल के फूल खिलेंगे 4 तारीख, 10 की 10 लोकसभा की सीटें आ रही है और पंजाब के अंदर भी बहुत बड़े मैंडेट के साथ लोगों ने मन बना लिया कि मोदी जी के साथ ही चलेंगे और मोदी जी ही ऐसा व्यक्ति है जो पंजाब को आगे बढ़ा सकता है। नैत सिंह सैनी मुख्यमंत्री हरियाणा दावा करते हैं कि चंगे नतीजे रहेंगे, केंद्र च कहते मोदी, हरियाणा दस का दावा, पंजाब च भी कहते हैं कि चंगिया सीटा आनगिया, पर किनिया आनगिया, की हालात रहेंगे वो समा दसेगा, पर फिलहाल जोर अजमैश जारी है। हरियाणा के मुख्यमंत्री दस्तार से जाके पंजाब दे विच इस वेले रोड शो कर रहे हैं।